ਨਿਹੰਗ ਜਥੇਬੰਦੀਆਂ ਦਸ਼ਮੇਸ਼ ਤਰਨਾ ਦਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੰਗਰੇਟਾ ਸਤਿਕਾਰ ਕਮੇਟੀਆਂ ਦਾ ਨਿਹੰਗ ਜਥੇਬੰਦੀਆਂ ਨੂੰ ਵਾਇਰਲ ਵੀਡੀਓ ਜ਼ਰੀਏ ਬਦਨਾਮ ਕਰਨ ਦਾ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਪਿਛਲੇ ਦਿਨੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਖੂਨੀ ਝੜਪ ਵੀ ਦੇਖਣ ਨੂੰ ਮਿਲੀ ਤੇ ਇਸ ਝੜਪ ਦੌਰਾਨ 4 ਨਿਹੰਗ ਸਿੰਘ ਜ਼ਖਮੀ ਹੋ ਗਏ। ਪਰ ਹੁਣ ਇਹ ਵਿਵਾਦ ਦੋਵੇਂ ਸਿੱਖ ਜਥੇਬੰਦੀਆਂ ਦੇ ਆਪਸੀ ਗੱਲਬਾਤ ਤੋਂ ਬਾਅਦ ਖਤਮ ਹੋ ਗਿਆ। ਇਸ ਵਿਵਾਦ ਨੂੰ ਖਤਮ ਕਰਨ ਲਈ ਅੰਮ੍ਰਿਤਸਰ ਵਿੱਚ ਗੁਰਦੁਆਰਾ ਬਾਬਾ ਫੂਲਾ ਸਿੰਘ ਬੁਰਜ ਵਿੱਚ ਨਿਹੰਗ ਜਥੇਬੰਦੀ ਦਸ਼ਮੇਸ਼ ਤਰਨਾ ਦਲ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਰੰਗਰੇਟਾ ਅਤੇ ਸਤਿਕਾਰ ਕਮੇਟੀ ਦਾ ਵਿਵਾਦ ਖਤਮ ਕਰਨ ਲਈ ਸ਼੍ਰੋਮਣੀ ਪੰਥ ਮੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਪਹਿਲ ਦੇ ਆਧਾਰ 'ਤੇ ਦੋਵੇਂ ਪੱਖਾਂ ਵੱਖ ਵੱਖ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਮੁਖੀਆਂ ਨੂੰ ਬੁਲਾ ਕੇ ਵਿਵਾਦ ਨੂੰ ਹੱਲ ਕਰਨ ਲਈ ਮੀਟਿੰਗ ਕਰਕੇ ਕਾਫੀ ਸਮੇਂ ਤੋਂ ਚੱਲ ਰਿਹਾ ਵਾਇਰਲ ਵੀਡੀਓ ਦੁਆਰਾ ਬਦਨਾਮ ਕਰਨ ਦੇ ਵਿਵਾਦ ਨੂੰ ਖਤਮ ਕਰਕੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਪੰਥ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਇਹ ਵਿਵਾਦ ਦੋਵੇਂ ਪੱਖਾਂ ਵੱਲੋਂ ਵੀਡੀਓ ਵਾਇਰਲ ਹੋਣ ਕਾਰਨ ਸ਼ੁਰੂ ਹੋ ਗਿਆ ਸੀ, ਪਰ ਅੱਜ ਇਹ ਵਿਵਾਦ ਖਤਮ ਹੋ ਗਿਆ ਹੈ। ਵਿਵਾਦ ਖਤਮ ਹੋਣ ਦੀ ਸਾਰੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਏਗੀ। ਜਿਹੜਾ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਜਿਹੜੀ ਹੈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਾਹਿਬਾਨ ਅਤੇ ਸਤਿਕਾਰਯੋਗ ਜਿਹੜੀ ਸਤਿਕਾਰ ਕਮੇਟੀ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਅਤੇ ਸਾਰੇ ਮੈਂਬਰ ਜਿਹੜੇ ਇੱਥੇ ਆਏ ਅਤੇ ਉਹਨਾਂ ਨੇ ਜਿਹੜਾ ਸਾਰੇ ਇਕੱਤਰਤਾਈ ਦੇ ਨਾਲ ਜਿਹੜਾ ਪਿਛਲੇ ਦਿਨਾਂ ਤੋਂ ਨਿਹੰਗ ਸਿੰਘਾਂ ਦਾ ਅਤੇ ਜਿਹੜੇ ਆਪਣੇ ਸਤਿਕਾਰ ਕਮੇਟੀ ਦਾ ਆਪਸੀ ਵਾਦ ਵਿਵਾਦ ਜਿਹੜਾ ਮੀਡੀਆ ਚੱਲ ਰਿਹਾ ਸੀ ਅਤੇ ਉਹਨੂੰ ਖਤਮ ਕਰਦੇ ਹੋਏ ਜਿਹੜੇ ਇਹਨਾਂ ਦੇ ਕੇਸ ਚੱਲ ਰਹੇ ਸੀ ਉਹਦਾ ਵੀ ਗੁਰਮਤਾ ਹੋਇਆ ਉਹ ਵਾਪਸ ਲੈ ਜਾਣਗੇ ਆਪਸੀ ਇਹਨਾਂ ਦੀ ਦੋਵਾਂ ਧਿਰਾਂ ਦੀ ਸਹਿਮਤੀ ਦੇ ਨਾਲ। ਅਤੇ ਜਿਹੜੀ ਨਿਹੰਗ ਸਿੰਘਾਂ ਦੇ ਖਿਲਾਫ਼ ਗਲਤ ਵੀਡੀਓ ਜਿਹੜੀ ਸੀ ਭੱਦੀ ਸ਼ਬਦਾਵਲੀ ਜਾਂ ਇਹਨਾਂ ਵੱਲੋਂ ਕੋਈ ਆਪਣੇ ਜਿਹੜੀ ਵੀਡੀਓ ਪਾਈ ਗਈ ਨਿਹੰਗ ਸਿੰਘਾਂ ਵੱਲੋਂ ਉਹ ਜਿਹੜੀ ਅੱਜ ਤੋਂ ਹੀ ਵਾਪਸ ਲਈ ਜਾਊਗੀ ਅਤੇ ਅੱਗੇ ਵਾਸਤੇ ਜਿਹੜੀ ਹੈ ਇਹਨਾਂ ਨੂੰ ਪੂਰੀ ਹਦਾਇਤ ਕੀਤੀ ਗਈ ਹੈ ਕਿਸੇ ਨੇ ਜਿਹੜੀ ਹੈ ਗਲਤ ਵੀਡੀਓ ਨਹੀਂ ਪਾਉਣੀ ਗਲਤ ਮੈਸੇਜ ਨਹੀਂ ਕਰਨਾ ਜੇ ਕੋਈ ਨਿਹੰਗ ਸਿੰਘਾਂ ਵੱਲੋਂ ਪਾਊਗਾ ਤਾਂ ਉਹਨੂੰ ਨਿਹੰਗ ਸਿੰਘਾਂ ਦੇ ਮੁਖੀ ਜਿਹੜੀ ਹੈ ਉਹਨੂੰ ਧਾਰਮਿਕ ਸਜ਼ਾ ਵੀ ਅਤੇ ਹਰ ਪੱਖੋਂ ਉਹਦੇ ਜ਼ਿੰਮੇਵਾਰੀ ਨਾਲ ਉਹਨੂੰ ਰੋਕਣਗੇ। ਜਿਹੜੀ ਸਤਿਕਾਰ ਕਮੇਟੀ ਹੈ ਇਹਨਾਂ ਦੇ ਭਾਵੇਂ ਕੋਈ ਵੀ ਹੈ ਜਿਹਨੇ ਇਹ ਆਪ ਸਾਰੇ ਜਾਣਦੇ ਨੇ ਅਤੇ ਜਿਨ੍ਹਾਂ ਦੀ ਗਲਤੀ ਕਰਕੇ ਸਾਰੇ ਕੰਮ ਹੋਏ ਨੇ ਉਹ ਇਹਨਾਂ ਨੇ ਵੀ ਜਿਹੜੀ ਹੈ ਅਤੇ ਦੋਵਾਂ ਜਿਹੜੀ ਹੈ ਸਤਿਕਾਰਯੋਗ ਨੇ ਦੋਵੇਂ ਧਿਰਾਂ ਅਤੇ ਜਿਹੜੇ ਆਪਸੀ ਮਤਭੇਦ ਭੁਲਾ ਕੇ ਸਾਰਾ ਜਿਹੜਾ ਸੀ ਉਹ ਏਕਤਾ ਕੀਤੀ ਹੈ। ਇਹਨਾਂ ਨੇ ਗੁਰਮਤਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਵੀ ਉਹ ਜਿਹੜਾ ਭੇਜ ਦਿੱਤਾ ਅਤੇ ਉੱਥੇ ਵੀ ਅਰਦਾਸ ਕਰਾ ਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੂੰ ਵੀ ਜਿਹੜੀ ਬੇਨਤੀ ਕੀਤੀ ਸੀ ਵੀ ਸਾਰਾ ਇਹ ਗੁਰਮਤਾ ਕਰਵਾਇਆ ਜਾਵੇ ਉਹਨਾਂ ਦੇ ਸਾਰੇ ਆਪਣੇ ਜਿਹੜੇ ਹੈ ਗੁਰਮਤੇ ਦੇ ਨਾਲ ਹੀ ਆਹ ਜਿਹੜੀਆਂ ਇਕੱਤਰਤਾਈਆਂ ਹੋਈਆਂ ਨੇ ਜਿਹਦੇ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹਨਾਂ ਦੇ ਮੁਖੀ ਸਾਹਿਬਾਨਾਂ ਵੱਲੋਂ ਗੁਰਮਤਾ ਕਰਵਾ ਦਿੱਤਾ ਗਿਆ ਅਤੇ ਅੱਗੇ ਤੋਂ ਪੂਰੇ ਜਿਹੜੇ ਆ ਇਹਨਾਂ ਨੂੰ ਸਤਿਕਾਰਯੋਗ ਨੇ ਸਾਰੇ ਹਦਾਇਤ ਵੀ ਕੀਤੀ ਬੇਨਤੀਆਂ ਵੀ ਕਰਦੇ ਹਾਂ ਕੋਈ ਵੀ ਗੁਰੂ ਦਾ ਸਿੰਘ ਜਿਹੜਾ ਵਾਦ ਵਿਵਾਦ ਵਾਲੀ ਗੱਲ ਨਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਧਰ ADCP ਜਗਜੀਤ ਸਿੰਘ ਵਾਲੀਆ ਨੇ ਵੀ ਵਿਵਾਦ ਖਤਮ ਹੋਣ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਹੁਣ ਪੁਲਿਸ ਵੱਲੋਂ ਸਮਝੌਤੇ ਦੇ ਦਸਤਾਵੇਜ਼ ਮਿਲਣ ਤੇ ਦੋਵੇਂ ਪੱਖਾਂ ਤੇ ਦਰਜ ਹੋਏ ਕੇਸ ਵਾਪਸ ਲੈ ਜਾਣਗੇ। ਕਾਰ ਕਮੇਟੀ ਤੇ ਜਿਹੜਾ ਨਿਹੰਗ ਜਥੇਬੰਦੀਆਂ ਦੇ ਵਿੱਚ ਸਿੰਘਾਂ ਦੇ ਵਿੱਚ ਜਿਹੜਾ ਆਪਸੀ ਮਤਭੇਦ ਇੱਕ ਗਲਤਫਹਿਮੀ ਦੇ ਨਾਲ ਪੈਦਾ ਹੋਇਆ ਜਿਹੜਾ ਚੱਲ ਰਿਹਾ ਸੀਗਾ ਉਹ ਅੱਜ ਬਾਬਾ ਬਲਬੀਰ ਸਿੰਘ ਹੋਣਾ ਦੇ ਇੱਥੇ ਡੇਰੇ ਦੇ ਵਿੱਚ ਨਿਹੰਗ ਜਥੇਬੰਦੀਆਂ ਦੇ
ਜਿਹੜੇ ਮੁੱਖ ਆਗੂਆਂ ਨਾਲ ਸਤਿਕਾਰ ਕਮੇਟੀ ਦੇ ਭਾਈ ਅਮਰੀਕ ਸਿੰਘ ਨਾਰਾ ਹੋਣੀ, ਇਹ ਸਾਰਿਆਂ ਨੇ ਮਿਲ ਬੈਠ ਕੇ ਆਪਸ ਦੇ ਵਿੱਚ ਉਹਦਾ ਜਿਹੜੀ ਗਲਤ ਫਹਿਮੀਆਂ ਦਾ ਆਪਸ ਦੇ ਵਿੱਚ ਜਿਹੜਾ ਹੈ ਮਤਭੇਦ ਸੀਗਾ ਉਹ ਖਤਮ ਹੋ ਗਿਆ। ਆਪਸ ਦੇ ਵਿੱਚ ਉਹਨਾਂ ਦੀ ਸਹਿਮਤੀ ਹੋ ਗਈ, ਇੱਕ ਜਿਨ੍ਹਾਂ ਦੀਆਂ ਗਲਤੀ ਸੀ ਉਹਨਾਂ ਨੇ ਆਪਸ 'ਚ ਮਾਫ਼ੀ ਮੰਗ ਕੇ ਇਸ ਚੀਜ਼ ਨੂੰ ਆਪਣੇ ਘਰ ਦੀ ਗੱਲ ਕਹਿੰਦੇ ਹੋਏ ਉਹਨੂੰ ਖਤਮ ਕਰ ਦਿੱਤਾ ਅਤੇ ਉਹ ਸਾਰਾ ਨਿਬੜ ਚੁੱਕਾ। ਉਸ ਬਾਰੇ ਜਿਸ ਤਰੀਕੇ ਨਾਲ ਇਹਨਾਂ ਦੀਆਂ ਆਪਸ ਦੇ ਵਿੱਚ ਹੋਇਆ ਜੋ ਉਹਦੇ ਮੁਨਾਸਿਬ ਕਾਰਵਾਈ ਹੋਊਗੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਦਾਂਗੇ। ਸਿੱਖ ਜਥੇਬੰਦੀਆਂ ਵਿੱਚ ਇਸ ਤਰ੍ਹਾਂ ਦੇ ਵਿਵਾਦ ਮੰਦਭਾਗੇ ਹਨ ਜਿਸਦਾ ਫਾਇਦਾ ਵਿਰੋਧੀ ਸ਼ਕਤੀਆਂ ਉਠਾ ਰਹੀਆਂ ਹਨ। ਇਸ ਲਈ ਇਹਨਾਂ ਦੋਵੇਂ ਸਿੱਖ ਜਥੇਬੰਦੀਆਂ ਵੱਲੋਂ ਵਿਵਾਦ ਖਤਮ ਕਰਨ ਦਾ ਐਲਾਨ ਲਿਆ ਗਿਆ ਅਤੇ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਨੂੰ ਮਾਤ ਦੇਣ ਲਈ ਸਿੱਖ ਜਥੇਬੰਦੀਆਂ ਦੀ ਇੱਕਜੁੱਟਤਾ ਸਮੇਂ ਦੀ ਲੋੜ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।